ਹੈਲੋ एवरीवन वेलकम टू ब्रੈਟਸ ਸਕੈਸ ਸੋ ਸਟੂਡੈਂਟਸ ਅੱਜ ਅਸੀਂ ਗੱਲ ਕਰਾਂਗੇ ਸਾਡੇ ਜਿਹੜੇ ਐਸਐਸਟੀ ਦੇ ਨੈਕਸਟ ਚੈਪਟਰ ਦੀ ਜਿਹਦੇ ਵਿੱਚ ਮੋਸਟ ਇੰਪੋਰਟੈਂਟ ਕੁਸ਼ਚਨ ਹੀ ਤੁਹਾਨੂੰ ਅਸੀਂ ਕਰਾਵਾਂਗੇ ਠੀਕ ਹੈ ਜੀ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਹੈਗੇ ਆ ਕਿ ਚੈਪਟਰ ਕਿਹੜਾ ਹੈਗਾ ਸਾਡਾ ਤਾਂ ਚੈਪਟਰ ਹੈਗਾ ਜਿਹੜਾ ਉਹ ਹੈ ਹੜੱप्पा ਸਭਿਤਾ ਠੀਕ ਹੈ ਜੀ ਇਹਦੇ ਵਿੱਚ ਅਸੀਂ ਦੇਖ ਲੈਣੇ ਆ ਕਿ ਹੜੱਪਾ ਸਭਿਅਤਾ ਸਭ ਤੋਂ ਪਹਿਲਾਂ ਕੀ ਹੁੰਦੀ ਹੈਗੀ ਆ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੀ ਸਭ ਤੋਂ ਪੁਰਾਣੀ ਸਭਿਅਤਾ ਪਾਈ ਗਈ ਸੀ ਸਾਡੇ ਇੰਡੀਆ ਦੇ ਵਿੱਚ ਸਾਡੇ ਸਮਾਜਾਂ ਦੇ ਵਿੱਚ ਤਾਂ ਉਹ ਹੜੱਪਾ ਸਭਿਅਤਾ ਪਾਈ ਗਈ ਸੀ ਜਿੱਥੋਂ ਮਨੁੱਖ ਦਾ ਜਿਹੜਾ ਜੀਵਨ ਸੀਗਾ ਉਹ ਥੋੜੇ ਜੇ ਸਹੀ ਤਰੀਕੇ ਦੇ ਨਾਲ ਆਰੰਭ ਹੋਇਆ ਸੀ ਤਾਂ ਇਹਦੇ ਵਿੱਚ ਕੀ ਹੈਗਾ ਸਾਡਾ ਫਸਟ ਕੁਐਸਚਨ ਹੈਗਾ ਜਿਹੜਾ ਉਹ ਹੈਗਾ ਕਿ ਸੰਸਾਰ ਦੀਆਂ ਮੁਢਲੀਆਂ ਸਭਿਅਤਾਵਾਂ ਕਿਹੜੀਆਂ ਹਨ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਮੁੱਖ ਸੱਭਿਤਾ ਹੈਗੀਆਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੈਗਾ ਵੀ ਜਿਹੜੀਆਂ ਇਹ ਵਾਲੀਆਂ ਸੱਭਿਤਾ ਨੇ ਚਾਰ ਸਭ ਤੋਂ ਪਹਿਲੀ ਹੈਗੀ ਹੈ ਜੀ ਨੀਲ ਦੀ ਨੀਲ ਨਦੀ ਦੀ ਘਾਟੀ ਜਿੱਥੇ ਮਿਸਰ ਦੀ ਸੱਭਿਤਾ ਆਈ ਨੈਕਸਟ ਹੈ ਦਜਲਾ ਅਤੇ ਫਰਾਦ ਨਦੀਆਂ ਦੀ ਸੱਭਿਤਾ ਠੀਕ ਹੈ ਜੀ ਤਾਂ ਇਹ ਸੀਗੀ ਮੈਸੋਪੋਟਾਮੀਆ ਦੀ ਸੱਭਿਤਾ ਐਂਡ ਨੈਕਸਟ ਹੈ ਸਿੰਧ ਘਾਟੀ ਸਿੰਦੂ ਘਾਟੀ ਦੀ ਸਭਿਤਾ ਆ ਗਈ ਐਂਡ ਨੈਕਸਟ ਹੈ ਹਵਾਂਗ ਹੋ ਅਤੇ ਜੰਗਸੀ ਕਾਂਗ ਦੀਆਂ ਨਦੀਆਂ ਦੀ ਘਾਟੀ ਤਾਂ ਇਹ ਸੀਗੀ ਚੀਨੀ ਸਭਿਤਾ ਠੀਕ ਹੈ ਜੀ ਤਾਂ ਇਹ ਸੀਗਾ ਜਿਹੜੀਆਂ ਇਹ ਸਭਿਤਾ ਨਦੀਆਂ ਦੇ ਕਿਨਾਰੇ ਹੀ ਕਿਉਂ ਬਰਫੁੱਲਤ ਹੋਈਆਂ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਉਹ ਇਸ ਲਈ ਕਿਉਂਕਿ ਜਿਹੜੀਆਂ ਇਹ ਨਦੀਆਂ ਦੇ ਆਸੇ ਪਾਸੇ ਦਾ ਜਿਹੜਾ ਵਾਤਾਵਰਨ ਸੀਗਾ ਜਾਂ ਮદાન ਕਹਿ ਸਕਦੇ ਆ ਉਹ ਬਹੁਤ ਹੀ ਉਪਜਾਊ ਸੀ ਠੀਕ ਹੈ ਜੀ ਤਾਂ ਹੀ ਉੱਥੇ ਜੀਵਨ ਸੀਗਾ ਜਿਹੜਾ ਉਹ ਸੰਭਵ ਹੋ ਸਕਿਆ ਤਾਂ ਸਭ ਤੋਂ ਪਹਿਲਾਂ ਅਸੀਂ ਦੇਖ ਲੈਣੇ ਕਿ ਜਿਹੜੀ ਨੀਲ ਨਦੀ ਦੀ ਘਾਟੀ ਦੀ ਸੱਭਿਤਾ ਸੀਗੀ ਮਿਸਰ ਦੀ ਸੱਭਿਤਾ ਵੀ ਉਹ ਕਿੰਨੀ ਕੁ ਫਰਹੁਲਿਤ ਹੋਈ ਉਹ ਵੀ ਠੀਕ ਠਾਕ ਰਹੀ ਐਂਡ ਨੈਕਸਟ ਦਜਲਾ ਤੇ ਫਰਾਤ ਦੀ ਜਿਹੜੀ ਮੈਸੋਪੋਟਾਮੀਆ ਦੀ ਸੱਭਿਤਾ ਵੀ ਠੀਕ ਠਾਕ ਰਹੀ ਜਿਹੜੀ ਸਿੰਧ ਘਾਟੀ ਦੀ ਸੱਭਿਤਾ ਸੀ ਇਹ ਸਭ ਤੋਂ ਜ਼ਿਆਦਾ ਜਿਹੜੀ ਵਧੀਆ ਤਰੀਕੇ ਦੇ ਨਾਲ ਚੱਲੀ ਕਾਫੀ ਜਿਹੜੀ ਇਹਨੇ ਮਤਲਬ ਕਿ ਉਨੰਤੀ ਜਾਂ ਤਰੱਕੀ ਕਹਿ ਸਕਦੇ ਆਂ ਕੀਤੀ ਠੀਕ ਹੈ ਜੀ ਤਾਂ ਨੈਕਸਟ ਚੀਨ ਦੀ ਸਭਿਤਾ ਆ ਗਈ ਤਾਂ ਇਹਦੇ ਵਿੱਚ ਕੀ ਸੀਗਾ ਵੀ ਇਹ ਇੰਨੀ ਜ਼ਿਆਦਾ ਮਤਲਬ ਕਿ ਨਦੀਆਂ ਦੇ ਕਿਨਾਰੇ ਵਾਲੀ ਸਭਿਤਾ ਸੀ ਜਿਹੜੀ ਵੀ ਇੱਥੋਂ ਦੀ ਮਿੱਟੀ ਇੰਨੀ ਜ਼ਿਆਦਾ ਪਜਾਉ ਸੀ ਤੇ ਉੱਥੇ ਫਸਲਾਂ ਵੀ ਹੋ ਸਕਦੀਆਂ ਸੀ ਉੱਥੇ ਪਾਣੀ ਵੀ ਦੀ ਪਾਣੀ ਵੀ ਉਪਲਬਧ ਸੀਗਾ ਠੀਕ ਹੈ ਜੀ ਆਵਾਜਾਈ ਦੇ ਸਾਧਨ ਵੀ ਆ ਜਾ ਸਕਦੇ ਸੀ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਣਾ ਫਿਰਨਾ ਕੋਈ ਚੀਜ਼ਾਂ ਇੱਧਰ ਉੱਧਰ ਲਿਜਾਣੀਆਂ ਵੀ ਸੌਖੀਆਂ ਸੀਗੀਆਂ ਠੀਕ ਹੈ ਜੀ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਕਿ ਮੇਨ ਹੈਗਾ ਜਿਹੜਾ ਉਹ ਆਪਾਂ ਨੂੰ ਪੁੱਛ ਲੈਂਦੇ ਆ ਕਿ ਜਿਹੜੀ ਮਿਸਰ ਦੀ ਸਭਿਅਤਾ ਉਹ ਕਿਹੜੀ ਨਦੀ ਦੇ ਕਿਨਾਰੇ ਹੋਈ ਠੀਕ ਹੈ ਜੀ ਤਾਂ ਸੀਗਾ ਨੀਲ ਨਦੀ ਦੇ ਐਂਡ ਨੈਕਸਟ ਦਜਲਾ ਤੇ ਫਰਾਤ ਦਾ ਪੁੱਛ ਲੈਂਦੇ ਆ ਕਈ ਵਾਰੀ ਆਪਾਂ ਨੂੰ ਦਿਮਾਗ ਚੋਂ ਨਿਕਲ ਜਾਂਦਾ ਕਿ ਇਹ ਕਿਹੜੀ ਸਭਿਅਤਾ ਸੀ ਜਿਹੜੀ ਦਜਲਾ ਤੇ ਫਰਾਤ ਦੇ ਕਿਨਾਰੇ ਹੋਈ ਤਾਂ ਇਹ ਮੈਸੋਪੋਟਾਮੀਆ ਸੀ ਠੀਕ ਹੈ ਜੀ ਤਾਂ ਜਿਹੜੀ ਹੜੱਪਾ ਸਭਿਅਤਾ ਸੀਗੀ ਉਸੇ ਨੂੰ ਹੀ ਸਿੰਧ ਜਿਹੜੀ ਸਭਿਅਤਾ ਕਿਹਾ ਜਾਂਦਾ ਜਾਂ ਸਿੰਧੂ ਸਭਿਅਤਾ ਕਿਹਾ ਜਾਂਦਾ ਹੈਗਾ ਤੇ ਜਾਂ ਸਰਸਵਤੀ ਸਭਿਤਾ ਇਹਦੇ ਕਈ ਨਾਮ ਹੈਗੇ ਨੇ ਠੀਕ ਹੈ ਜੀ ਐਂਡ ਨੈਕਸਟ ਹੈ ਹੜੱਪਾ ਸਭਿਤਾ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਹੈਗਾ ਕਿ ਇਹਦੇ ਕਈ ਨਾਮ ਨੇ ਇਹਨੂੰ ਸਿੰਧੂ ਘਾਟੀ ਦੀ ਸਭਿਤਾ ਵੀ ਕਿਹਾ ਜਾਂਦਾ ਸਿੰਧ ਸਰਸਵਤੀ ਦੀ ਸਭਿਤਾ ਵੀ ਕਿਹਾ ਜਾਂਦਾ ਐਂਡ ਹੜੱਪਾ ਸਭਿਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਜੀ ਲਗਭਗ 3000 ਸਾਲ ਪਹਿਲਾਂ ਇਹ ਪੂਰੀ ਉન્નਤੀ ਤੇ ਸੀਗੀ ਠੀਕ ਹੈ ਜੀ ਕਾਫੀ ਜ਼ਿਆਦਾ ਜਿਹੜਾ ਨੇ ਵਿਕਾਸ ਕੀਤਾ ਐਂਡ ਨੈਕਸਟ ਕੁਐਸਚਨ ਹੈ ਆਬ ਸੈਕੰਡ ਕੁਐਸਚਨ ਹੈ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਇਹਨੂੰ ਧਿਆਨ ਨਾਲ ਨੋਟ ਕਰ ਲੈਣਾ ਨੈਕਸਟ 3rd ਕੁਐਸਚਨ ਹੈ ਜੀ ਕਿ ਸਿੰਧੂ ਘਾਟੀ ਦੀ ਸਭਿਅਤਾ ਦਾ ਪਤਨ ਕਿਸ ਤਰ੍ਹਾਂ ਹੋਇਆ ਠੀਕ ਆ ਕਾਫੀ ਜ਼ਿਆਦਾ ਉન્નਤੀ ਕਰਨ ਤੋਂ ਬਾਅਦ ਦਾ ਪਤਨ ਕਿਉਂ ਹੋ ਗਿਆ ਇਹ ਵੀ ਜਾਣ ਲੈਣੇ ਆਪਾਂ ਕਿ ਲਗਭਗ 3000 ਈਸਵੀ ਪੂਰਵ ਵਿੱਚ ਇਹ ਪੂਰੀ ਉન્નਤੀ ਤੇ ਸੀ ਠੀਕ ਹੈ ਐਂਡ ਲਗਾਤਾਰ ਵਿਕਾਸ ਹੁੰਦਾ ਰਿਹਾ ਪਤਾ ਨਹੀਂ ਇਹਦਾ ਉਦੋਂ ਸ਼ੁਰੂ ਹੋ ਗਿਆ ਜਦੋਂ ਜਿਹੜੀ ਸਸਵਤੀ ਨਦੀ ਸੀ ਉਹ ਸੁੱਕ ਗਈ ਤਾਂ ਲੋਕਾਂ ਨੇ ਕੀ ਕੀਤਾ ਲੋਕ ਸੀਗੇ ਜਿਹੜੇ ਉਹ ਗੰਗਾ ਦੇ ਮੈਦਾਨਾਂ ਦੇ ਵਿੱਚ ਜਾ ਕੇ ਰਹਿਣ ਲੱਗ ਗਏ ਠੀਕ ਹੈ ਐਂਡ ਨੈਕਸਟ ਹੈ 4 ਨੰਬਰ ਕਿ ਹੜੱਪਾ ਸਭੇਤਾਂ ਦੀ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਜਿਹੜਾ ਅੱਜ ਦਾ ਮਨੁੱਖਾ ਉਹਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਜਿਹੜੀ ਸਾਡੇ ਕੋਈ ਪ੍ਰਾਤਨ ਸੱਭਿਅਤਾ ਵੀ ਸੀਗੀ ਜਾਂ ਸਾਡੇ ਕੋਈ ਹੜੱਪਾ ਨਾਮ ਦੀ ਸੱਭਿਅਤਾ ਵੀ ਪਾਈ ਜਾਂਦੀ ਸੀ ਤਾਂ ਇਹਦੇ ਵਿੱਚ ਕੀ ਸੀਗਾ 1921 ਤੋਂ 22 ਈਸਵੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਮਿੰਟ ਗੁਮਰੀ ਜ਼ਿਲ੍ਹੇ ਦੇ ਹੜੱਪਾ ਨਾਮ ਦੇ ਸਥਾਨ ਤੇ ਠੀਕ ਹੈ ਜੀ ਮਿੰਟ ਗੁਮਰੀ ਜ਼ਿਲ੍ਹੇ ਦੇ ਹੜੱਪਾ ਨਾਮ ਦੇ ਸਥਾਨ ਤੇ ਅਤੇ ਸਿੰਧ ਵਿੱਚ ਲੜਕਾਣਾ ਜ਼ਿਲ੍ਹੇ ਦੇ ਮੋਹਨਜੋਦੜੋ ਨਾਮ ਦੇ ਸਥਾਨ ਤੇ ਖੋਜ ਕਰਨ ਨਾਲ ਇਸ ਸਬੰਧੀ ਜਾਣਕਾਰੀ ਸੀਗੀ ਜਿਹੜੀ ਉਹ ਮਿਲੀ ਕਿਉਂਕਿ ਜਦੋਂ ਵੀ ਅੱਜ ਦੇ ਮਨੁੱਖ ਨੇ ਕੋਈ ਇਮਾਰਤ ਬਣਾਈ ਜਾਂ ਕੋਈ ਖੇਤਾਂ 'ਚ ਕੰਮ ਵਗੈਰਾ ਕੀਤਾ ਤਾਂ ਉਦੋਂ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦਾ ਕੋਈ ਨਾ ਕੋਈ ਸੁਰਾਖ ਜਾਂ ਕਹਿ ਸਕਦੇ ਆ ਪ੍ਰਾਣੀ ਚੀਜ਼ਾਂ ਦੇ ਵਿਸ਼ੇਸ਼ ਮਿਲਦੇ ਰਹਿੰਦੇ ਸੀ ਠੀਕ ਆ ਤਾਂ ਇਸ ਤਰ੍ਹਾਂ ਜਿਹੜੇ ਖੋਜਕਰਤਾ ਸੀਗੇ ਉਹਨਾਂ ਨੇ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਜਿਹੜੀਆਂ ਖੋਜਾਂ ਕਰਕੇ ਵੱਖ-ਵੱਖ ਸਭਿਅਤਾਵਾਂ ਨੂੰ ਨਾਮ ਦਿੱਤਾ ਠੀਕ ਆ ਦੱਸਿਆ ਕਿ ਉਦੋਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਸੀ ਤਾਂ ਇਹ ਕੀ ਸੀਗਾ ਹੜੱप्पा ਸਭੇ ਤਾਂ ਬਹੁਤ ਸਾਰੇ ਸਥਾਨਾਂ ਤੇ ਸੀਗੀ ਪਾਕਿਸਤਾਨ ਵਿੱਚ ਮਿੰਟਗੁਮਰੀ ਜ਼ਿਲ੍ਹੇ ਦੇ ਹੜੱਪਾ ਨਾਂ ਦੇ ਸਥਾਨ ਤੇ ਆ ਤੇ ਸਿੰਧ ਵਿੱਚ ਮੋਹਨਜੋਦੜੋ ਦੇ ਨਾਂ ਤੇ ਆ ਠੀਕ ਆ ਐਂਡ ਨੈਕਸਟ ਸਿੰਧ ਵਿੱਚ ਚੁੰਨਹੁਦੜੋ ਦੀ ਸਭਿਤਾ ਵੀ ਆ ਰਾਜਸਥਾਨ ਵਿੱਚ ਕਾਲੀਆਂ ਬੰਗਾ ਜਿੱਥੋਂ ਕਿ ਕਾਲੀ ਬੰਗਾ ਪ੍ਰਾਪਤ ਹੋਈਆਂ ਸੀਗੀਆਂ ਉਸ ਜਗ੍ਹਾ ਦਾ ਨਾਮ ਹੀ ਜਿਹੜਾ ਕਾਲੀ ਬੰਗਣ ਪੈ ਗਿਆ ਸੀ ਐਂਡ ਨੈਕਸਟ ਹੈਗਾ ਹਰਜਾਣੇ ਵਿੱਚ ਮਿਥਾਈਲ ਠੀਕ ਹੈ ਜੀ ਬਨਾਲ ਵੀ ਇਹ ਜਿਹੜੀਆਂ ਸਾਰੀਆਂ ਸਭਿਅਤਾ ਸੀਗੀਆਂ ਇਹ ਪ੍ਰਾਤਨ ਸਭਿਅਤਾ ਸੀ ਨੈਕਸਟ ਹੈ ਪੰਜਾਬ ਵਿੱਚ ਹੜੱਪਾ ਦੇ ਸਥਾਨ ਕਿੱਥੇ-ਕਿੱਥੇ ਪਾਏ ਗਏ ਤਾਂ ਉਹ ਤਾਂ ਹੋ ਗਿਆ ਪਾਕਿਸਤਾਨ ਦਾ ਜਾਂ ਇੰਡੀਆ ਦੇ ਕਿਤੇ ਹੋਰ ਜਗ੍ਹਾ ਬਾਰੇ ਤਾਂ ਇਹਦੇ ਵਿੱਚ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਸੰਘੋਲ ਰੋਹੀੜਾ ਸੁਨੈਤ ਕੋਟਲਾ ਨਹਿਂਗਖਾ ਤੇ ਬਨਾਵਲੀ ਇਹ ਜਿਹੜੇ ਸਥਾਨ ਸੀ ਇੱਥੇ ਹੜੱਪਾ ਦੇ ਜਿਹੜੇ ਵਿਸ਼ੇਸ਼ ਮਿਲੇ ਸੀ ਠੀਕ ਆ ਤਾਂ ਹੁਣ ਜਿਹੜਾ ਸੰਘੋਲ ਹੈਗਾ ਇਹ ਕਿੱਥੇ ਆ ਇਹ ਹੈਗਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਐਮ ਐਸ ਤਰਵਾੜ ਅਤੇ ਆਰ ਐਸ ਬਿਸਤ ਦੁਆਰੇ ਦੀ ਖੁਦਾਈ ਸੀ ਜਿਹੜੀ ਉਹ ਕਰਵਾਈ ਗਈ ਤੇ ਇੱਥੇ ਕੀ ਚੀਜ਼ਾਂ ਮਿਲੀਆਂ ਇੱਥੇ ਮਿਲੇ ਸੀ ਵਰਤਨ ਠੀਕ ਹੈ ਜੀ ਤੇ ਮੂਰਤੀਆਂ ਮਿਲੀਆਂ ਸੀਗੀਆਂ ਪੁਰਾਣੀਆਂ ਠੀਕ ਹੈ ਜੀ ਤੇ ਖਾਈ ਮਿਲੀ ਸੀ ਜਿਹੜੀ ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਸੀ ਰੁਹੀੜਾ ਰੁਹੀੜਾ ਦੇ ਵਿੱਚ ਕੀ ਮਿਲਿਆ ਸੀਗਾ ਰੁਹੀੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਾਇਆ ਜਾਂਦਾ ਹੈਗਾ ਇੱਥੇ ਮਿਲੇ ਸੀ ਮਿੱਟੀ ਦੇ ਖੜਾਉਣੇ ਬਰਤਨ ਇੱਟਾਂ ਵਗੈਰਾ ਠੀਕ ਹੈ ਜੀ ਨੈਕਸਟ ਆ ਗਿਆ ਸੁਨਹਿਤ ਸੁਨਹਿਤ ਵੀ ਲੁਧਿਆਣੇ ਦੇ ਵਿੱਚ ਹੀ ਪਾਇਆ ਜਾਂਦਾ ਤਾਂ ਸੁਨਹਿਤ ਦੇ ਵਿੱਚ ਵੀ ਹੜੱਪਾ ਦੇ ਜਿਹੜੇ ਮਤਲਬ ਕਿ ਅਵਿਸ਼ੇਸ਼ ਮਿਲੇ ਸੀਗੇ ਨੈਕਸਟ ਆਗਾ ਕੋਟਲਾਣ ਹਿੰਗਖਾਂ ਇਹ ਪਾਇਆ ਜਾਂਦਾ ਜੀ ਰੋਪੜ ਦੇ ਵਿੱਚ ਤਾਂ ਰੋਪੜ ਦੇ ਵਿੱਚ ਜੋ ਚੀਜ਼ਾਂ ਮਿਲੀਆਂ ਸੀਗੀਆਂ ਉਹਦੇ ਵਿੱਚ ਵੀ ਬਰਤਨ ਹੋਗੇ ਜਿਵੇਂ ਪੁਰਾਣੀਆਂ ਮੋਹਰਾਂ ਹੋਈਆਂ ਉਜਾਰ ਹੋਗੇ ਗਹਿਣੇ ਹੋਗੇ ਠੀਕ ਹੈ ਇਹ ਚੀਜ਼ ਮਿਲੀ ਸੀਗੀ ਬਨਾਵਲੀ ਹੈਗਾ ਜਿਹੜਾ ਇਹ ਪਾਇਆ ਜਾਂਦਾ ਹਰਿਆਣੇ ਦੇ ਵਿੱਚ ਤਾਂ ਹਰਿਆਣੇ ਦੇ ਵਿੱਚ ਜਿਹੜੀ ਚੀਜ਼ ਮਿਲੀ ਸੀ ਉਹ ਵੀ ਉਜਾਰ ਗਹਿਣੇ ਮੂਰਤੀਆਂ ਵਗੈਰਾ ਮਿਲੀਆਂ ਸੀਗੀਆਂ ਇਹਨਾਂ ਸਾਰੀਆਂ ਦੀ ਜਿਹੜੀ ਖੁਦਾਈ ਸੀਗੀ ਉਹ ਐਮਐਸ ਤਲਵਾੜ ਤੇ ਆਰਐਸ ਵਿਸਤ ਨੇ ਹੀ ਕਰਵਾਈ ਸੀ ਠੀਕ ਹੈ ਜੀ ਮੋਸਟ ਇੰਪੋਰਟੈਂਟ ਆ ਪੰਜਾਬ ਵਿੱਚ ਪੁੱਛ ਲੈਂਦੇ ਨੇ ਕਈ ਵਾਰੀ ਕਿ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਤੇ ਵਿਸ਼ੇਸ਼ ਮਿਲੇ ਸੀ ਐਂਡ ਨੈਕਸਟ ਹੈ ਸਿੰਧ ਘਾਟੀ ਦੀ ਸਭਿਅਤਾ ਦੀ ਖੁਦਾਈ ਕਿਸ ਨੇ ਕਰਵਾਈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕਾਫੀ ਵਾਰ ਪੀਐਸਟੈਟ ਦੇ ਵਿੱਚ ਤਾਂ ਇਹ ਆ ਹੀ ਚੁੱਕਿਆ ਹੈਗਾ ਤਾਂ ਇਹਦੇ ਵਿੱਚ ਕੀ ਹੈਗਾ ਹੁਣ ਕਈ ਆਨਸਰ ਜੇ ਬਣ ਜਾਂਦੇ ਹੈਗੇ ਆ ਕਈ ਵਾਰੀ ਉਹ ਆਪਸ਼ਨਾਂ ਦੇ ਵਿੱਚ ਸਾਰਿਆਂ ਦੇ ਨਾਮ ਹੀ ਪੁੱਛ ਲੈਂਦੇ ਆ ਤਾਂ ਜਿਹੜਾ ਮੇਨ ਨਾਮ ਹੈਗਾ ਉਹ 1921 ਤੋਂ 22ਵੀਂ ਦੇ ਵਿੱਚ ਆਰ ਡੀ ਬੈਨਰਜੀ ਠੀਕ ਹੈ ਜੀ ਰਖਾਲਦਸ ਬੈਨਰਜੀ ਐਂਡ ਡੀ ਆਰ ਸਾਨੀ ਦਾ ਰਾਮ ਸਾਨੀ ਜੀ ਸਰ ਜੌਨ ਮਾਰਸ਼ਲ ਅਤੇ ਮਾਰਟਿਮਰ ਵਿਲਰ ਦੇ ਯਤਨਾਂ ਸਦਕਾ ਜਿਹੜੀ ਇਹਦੀ ਖੁਦਾਈ ਕਰਵਾਈ ਗਈ ਸੀ ਠੀਕ ਹੈ ਜੀ ਇਹਨਾਂ ਦੇ ਥਰੂ ਹੀ ਇਸ ਸਭਿਅਤਾ ਦੇ ਬਾਰੇ ਪਤਾ ਲੱਗਿਆ ਸੀਗਾ ਐਂਡ ਨੈਕਸਟ ਹੈ ਨੈਕਸਟ ਕੁਐਸਚਨ ਕੀ ਹੈਗਾ ਵੀ ਮੋਹਨਜੋਦੜੋ ਦਾ ਅਰਥ ਕੀ ਹੈ ਮੋਹਨਜੋਦੜੋ ਹੈਗਾ ਜਿਹੜਾ ਇਹਦਾ ਜਿਹੜਾ ਮੇਨ ਅਰਥ ਹੈ ਉਹ ਹੈ ਮੁਰਦਿਆਂ ਦਾ ਢਿੱਲਾ ਠੀਕ ਹੈ ਜੀ ਮਾਉਂਟ ਆਫ ਦਾ ਡੈਡ ਜਿਹੜੇ ਕਿ ਲੋਕ ਪੁਰਾਣੇ ਸਮੇਂ ਦੇ ਵਿੱਚ ਜਾਂ ਕਹਿ ਸਕਦੇ ਹੜੱਪਾ ਦੇ ਸਮੇਂ ਮਰ ਜਾਂਦੇ ਸੀ ਉਹਨਾਂ ਨੂੰ ਉੱਥੇ ਦਫਨਾ ਦਿੱਤਾ ਜਾਂਦਾ ਸੀ ਤਾਂ ਇਹ ਹੈਗਾ ਮੁਰਦਿਆਂ ਦਾ ਢਿੱਲਾ ਮੋਸਟ ਇੰਪੋਰਟੈਂਟ ਕੁਐਸਚਨ ਆ ਐਂਡ ਨੈਕਸਟ ਆ ਗਿਆ ਮੋਹਨਜੋਦੜੋ ਦੇ ਵਿੱਚ ਮਹੱਤਵਪੂਰਨ ਚੀਜ਼ਾਂ ਕੀ ਸੀ ਵੈਰੀ ਵੈਰੀ ਇੰਪੋਰਟੈਂਟ ਆ ਤਾਂ ਇਹਦੇ ਵਿੱਚ ਕੀ ਹੈਗਾ ਸਟੂਡੈਂਟਸ ਕਿ ਇੱਕ ਵੱਡਾ ਖੰਭਿਆਂ ਵਾਲਾ ਭਵਨ ਮਸ਼ਹੂਰ ਸੀਗਾ ਇੱਕ ਤਾਂ ਠੀਕ ਆ ਉਹ ਕਾਦੇ ਲਈ ਵਰਤਿਆ ਜਾਂਦਾ ਸੀ ਇਹ ਵਰਤਿਆ ਜਾਂਦਾ ਸੀ ਧਾਰਮਿਕ ਕੰਮਾਂ ਲਈ ਪੂਜਾ ਪਾਠ ਵਗੈਰਾ ਲਈ ਵਰਤਿਆ ਜਾਂਦਾ ਸੀ ਫਿਰ ਸੀਗਾ ਇੱਕ ਵੱਡਾ ਅਨਾਜ ਘਰ ਤਾਂ ਜਿਹੜਾ ਇਹ ਅਨਾਜ ਘਰ ਸੀਗਾ ਇਹੇ ਵਰਤਿਆ ਜਾਂਦਾ ਸੀ ਅਨਾਜ ਨੂੰ ਜਮਾ ਕਰਨ ਦੇ ਲਈ ਠੀਕ ਆ ਨੈਕਸਟ ਗੁਜਰਾਤ ਵਿੱਚ ਲੋਥਲ ਬੰਦਰਗਾਹ ਆ ਗਈ ਠੀਕ ਆ ਜੀ ਇਹ ਇਹਦੇ ਵਿੱਚ ਕੀ ਸੀ ਜਹਾਜ਼ ਵਗੈਰਾ ਖੜੇ ਕਰਨ ਦੇ ਲਈ ਇੱਕ ਵੱਡਾ ਵਿਹੜਾ ਸੀਗਾ ਫਿਰ ਆ ਗਿਆ ਇੱਕ ਵੱਡਾ ਇਸ਼ਨਾਨ ਘਰ ਠੀਕ ਆ ਜਿਹੜਾ ਇਸ਼ਨਾਨ ਘਰ ਸੀਗਾ ਉਹ ਕਿੱਥੇ ਮਿਲਿਆ ਸੀ ਇਹ ਬਹੁਤ ਹੀ ਮਹੱਤਵਪੂਰਨ ਆ ਤਾਂ ਇਹਦੇ ਵਿੱਚ ਕੀ ਸੀਗਾ ਜਿਹੜਾ ਇਹਦਾ ਆਕਾਰ ਸੀ ਉਹ ਸੀਗਾ 39 ਫੁੱਟ ਐਂਡ ਚੌੜਾ ਸੀਗਾ 23 ਫੁੱਟ ਬਹੁਤ ਹੀ ਵੱਡਾ ਇਸ਼ਨਾਨਕਰ ਸੀ ਠੀਕ ਹੈ ਜੀ ਇਹਦੇ ਅੰਦਰ ਪਾਣੀ ਭਰਿਆ ਹੁੰਦਾ ਸੀਗਾ ਖੂਹ ਸੀਗੇ ਆਸੇ ਪਾਸੇ ਖੂਹਾਂ ਦਾ ਇਸਤੇਮਾਲ ਲੋਕ ਕਰਦੇ ਸੀਗੇ ਠੀਕ ਹੈ ਇਹਦੇ ਵਿੱਚ ਚਾਰ ਮੋਸਟ ਇੰਪੋਰਟੈਂਟ ਚੀਜ਼ਾਂ ਕਿ ਮੋਹੇਂਜੋਦੜੋ ਦੇ ਵਿੱਚ ਮੇਨ ਚੀਜ਼ਾਂ ਕੀ ਸੀ ਇੱਕ ਤਾਂ ਖੰਭਿਆਂ ਵਾਲਾ ਭਵਨ ਹੋ ਗਿਆ ਇੱਕ ਗੋਦਾਮ ਘਰ ਹੋ ਗਿਆ ਇੱਕ গুজਰਾਤ ਵਿੱਚ ਲੋਥਲ ਬੰਦਰਗਾਹ ਹੋ ਗਈ ਐਂਡ ਇੱਕ ਆਗੇ ਮੋਹੇਂਜੋਦੜੋ ਦਾ ਇਸ਼ਨਾਨਕਰ ਐਂਡ ਨੈਕਸਟ ਕੁਐਸਚਨ ਹੈ 9 ਕਿ ਜੁਨਾਨੀਆਂ ਨੇ ਕਪਾਹ ਦੀ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਮੋਸਟ ਇੰਪੋਰਟੈਂਟ ਕੁਐਸਚਨ ਆ ਤਾਂ ਜੁਨਾਨੀਆਂ ਨੇ ਜਿਹੜੀ ਕਪਾਹ ਦੀ ਜਾਣਕਾਰੀ ਸੀਗੀ ਉਹ ਪ੍ਰਾਪਤ ਕੀਤੀ ਸੀ ਸਾਡੇ ਇੰਡੀਆਨਾਂ ਤੋਂ ਠੀਕ ਹੈ ਜੀ ਤਾਂ ਜਿਹੜੇ ਵਾਹੀ ਹੋਈ ਖੇਤੀ ਦੇ ਵਿਸ਼ੇਸ਼ ਕਿੱਥੋਂ ਮਿਲੇ ਸੀਗੇ ਉਹ ਮਿਲੇ ਸੀ ਕਾਲੀਵੰਗਾ ਤੋਂ ਰਾਜਸਥਾਨ ਤੋਂ ਕਾਲੀਵੰਗਾ ਮਤਲਬ ਕਿ ਉੱਥੋਂ ਕਾਲੀਆਂ ਵੰਗਾ ਪ੍ਰਾਪਤ ਹੋਣਾ ਸੀ ਉਸ ਜਗ੍ਹਾ ਦਾ ਨਾਮ ਹੀ ਕਾਲੀਵੰਗਾ ਪੈ ਗਿਆ ਸੀ ਐਂਡ ਨੈਕਸਟ ਹੈ 10 ਨੰਬਰ ਕੁਐਸਚਨ ਤਾਂ ਇਹਦੇ ਵਿੱਚ ਕੀ ਹੈ ਕਿ ਹੜੱਪਾ ਲੋਕ ਕਿਸ ਦੀ ਪੂਜਾ ਕਰਦੇ ਸਨ ਬਹੁਤ ਜਿਆਦਾ ਇੰਪੋਰਟੈਂਟ ਆ ਕੋਈ ਵੀ ਆਪਣਾ ਕੁਐਸਚਨ ਇਹੋ ਜਿਹਾ ਨਹੀਂ ਹੈ ਜਿਹੜਾ ਤੁਹਾਨੂੰ ਮਤਲਬ ਕਿ ਇਦਾਂ ਲੱਗੂਗਾ ਕਿ ਨਹੀਂ ਯਾਰ ਵੀ ਇਹ ਨਹੀਂ ਆਣਾ ਮਤਲਬ ਸਾਰੇ ਹੀ ਕੁਐਸਚਨ ਇੰਪੋਰਟੈਂਟ ਹੈਗੇ ਨੇ ਸੋ ਸਾਰਿਆਂ ਨੂੰ ਧਿਆਨ ਦੇ ਨਾਲ ਕਰਨਾ ਤਾਂ ਇਹਦੇ ਵਿੱਚ ਕੀ ਹੈ ਕਿ ਉਹ ਲੋਕ ਦੇਵੀ ਮਾਤਾ ਦੀ ਪੂਜਾ ਕਰਦੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਦੇਵੀ ਦੀ ਜਿਹੜੀ ਮੂਰਤੀ ਪ੍ਰਾਪਤ ਹੋਈ ਸੀ ਠੀਕ ਹੈ ਜੀ ਮਤਲਬ ਕਾਫੀ ਵੱਡਾ ਉਹਦਾ ਸਿਰਜਾ ਬਣਾਇਆ ਹੋਇਆ ਸੀ ਐਂਡ ਨੈਕਸਟ ਸੀਗਾ ਪਸ਼ੂਪਤੀ ਦੀ ਪੂਜਾ ਕਰਦੇ ਸੀ ਜਿਹਨੂੰ ਭਗਵਾਨ ਸ਼ਿਵ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਆ ਸ਼ਿਵਲਿੰਗ ਦੇ ਰੂਪ ਵਿੱਚ ਵੀ ਮਤਲਬ ਕਿ ਸ਼ਿਵ ਜੀ ਦੀ ਜਿਹੜੀ ਪੂਜਾ ਕੀਤੀ ਜਾਂਦੀ ਆ ਐਂਡ ਨੈਕਸਟ ਸੀਗਾ ਉਹ ਬੈਲ ਦੀ ਅਤੇ ਪਿੱਪਲ ਦੇ ਦਰਖਤ ਦੀ ਪੂਜਾ ਕਰਦੇ ਸੀ ਕੋਈ ਵੀ ਪੁੱਛ ਸਕਦੇ ਆ ਉਹ ਠੀਕ ਆ ਜੀ ਮਾਤਾ ਦੇਵੀ ਬਾਰੇ ਵੀ ਆਪਸ਼ਨ ਆ ਜਾਂਦੀ ਆ ਸ਼ਿਵਲਿੰਗ ਬਾਰੇ ਵੀ ਆ ਜਾਂਦੀ ਆ ਵੀ ਪਸ਼ੂਪਤੀ ਕੌਣ ਸੀਗਾ ਠੀਕ ਆ ਜੀ ਮੋਸਟ ਇੰਪੋਰਟੈਂਟ ਤਾਂ ਇਹ ਹੈਗਾ ਕਿ ਕਈ ਵਾਰੀ ਆਇਆ ਕਿ ਕਿਹੜੇ ਪਸ਼ੂ ਦੀ ਉਹ ਪੂਜਾ ਕਰਦੇ ਸੀਗੇ অপਸ਼ਨਾਂ ਦੱਸ ਦਿੰਦੇ ਆ ਗਾਂ ਮੱਝ ਭੇੜੀ ਆ ਵੈਲ ਠੀਕ ਆ ਤਾਂ ਇਹਦੇ ਵਿੱਚ ਆਪਾਂ ਵੈਲ ਅਤੇ ਪਿੱਪਲ ਦੇ ਦਰਖਤ ਦੀ ਪੂਜਾ ਬਾਰੇ ਦੱਸਣਾ ਪਸ਼ੂਪਤੀ ਬਾਰੇ ਅਤੇ ਮਾਤਾ ਦੇਵੀ ਬਾਰੇ ਠੀਕ ਹੈ ਜੀ ਐਂਡ ਨੈਕਸਟ ਹੈ ਕਿ ਹੜੱਪਾ ਦੀਆਂ ਮੋਦਰਾਵਾਂ ਦੇ ਕਿਹੜੇ ਪਸ਼ੂ ਬਣੇ ਹੋਏ ਸੀ ਹੁਣ ਕਈ ਵਾਰੀ ਉਹ ਇਹ ਪੁੱਛ ਲੈਂਦੇ ਆ ਕਿ ਕਿਹੜੇ ਨਹੀਂ ਬਣੇ ਹੋਏ ਸੀ ਹੁਣ ਆਪਾਂ ਇਹ ਵੇਖ ਲੈਨੇ ਆ ਕਿ ਬਣੇ ਕਿਹੜੇ ਹੋਏ ਸੀ ਜਿਹੜੇ ਬਣੇ ਹੋਏ ਸੀਗੇ ਉਹ ਸੀਗਾ ਕੁੱਬਾ ਵੈਲ ਹਾਥੀ ਇੱਕ ਸਿੰਗ ਵਾਲਾ ਪਸ਼ੂ ਠੀਕ ਹੈ ਜੀ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਤੇ ਸਾਂਡ ਸੌਰੀ ਮੈਂ ਇਹ ਲਿਖਣਾ ਭੁੱਲ ਗਈ ਆ ਇਹਦੇ ਵਿੱਚ ਆਊਗਾ ਸਾਂਡ ਇੱਕ ਸਾਂਡ ਸੀਗਾ ਜਿਹੜਾ ਬਣਿਆ ਹੋਇਆ ਸੀ ਜਿਹੜੀ ਚੀਜ਼ ਨਹੀਂ ਬਣੀ ਹੋਈ ਸੀ ਉਹ ਸੀਗੀ ਗਾਂ ਠੀਕ ਹੈ ਕਈ ਵਾਰੀ ਇਹ ਆਪਸ਼ਨ ਪਾ ਦਿੰਦੇ ਵੀ ਬਈ ਇਹ ਦੱਸੋ ਇਹ ਕਿਹੜੀ ਚੀਜ਼ ਨਹੀਂ ਬਣੀ ਹੋਈ ਸੀ ਐਂਡ ਨੈਕਸਟ ਹੈ ਸਿੰਧੂ ਘਾਟੀ ਦੀ ਸਭਿਅਤਾ ਦੇ ਮਹੱਤਵਪੂਰਨ ਸ਼ਹਿਰ ਕਿਹੜੇ ਹਨ ਤਾਂ ਉਹ ਹੈਗਾ ਮੋਹਿੰਦੜੋ ਹੜੱप्पा ਲੋਥਲ ਕਾਲੀਵੰਗਾ ਆਦ ਇਹ ਜਿਹੜੇ ਮਹੱਤਵਪੂਰਨ ਸ਼ਹਿਰ ਸੀਗੇ ਮੋਹਿੰਦੜੋ ਦੇ ਠੀਕ ਹੈ ਜੀ ਐਂਡ ਨੈਕਸਟ ਹੈ 13 ਨੰਬਰ ਕੁਐਸਚਨ ਸਿੰਧ ਘਾਟੀ ਦੀ ਸਭਿਅਤਾ ਦਾ ਪਤਨ ਕਦੋਂ ਹੋਇਆ ਤਾਂ ਸਿੰਧ ਘਾਟੀ ਦੀ ਸਭਿਅਤਾ ਦਾ ਪਤਨ ਸੀਗਾ ਜਿਹੜਾ 1500 ਈਸਵੀ ਪੂਰਵ ਦੇ ਵਿੱਚ ਹੋ ਗਿਆ ਸੀ ਠੀਕ ਹੈ ਜੀ ਇਹ ਕਿਉਂ ਹੋ ਗਿਆ ਸੀ ਤਾਂ ਕਿਉਂਕਿ ਲੋਕ ਸੀਗੇ ਜਿਹੜੇ ਉਹ ਸਰਸਵਤੀ ਨਦੀ ਦੇ ਸੁੱਕ ਜਾਣ ਕਾਰਨ ਗੰਗਾ ਦੇ ਮੈਦਾਨਾਂ ਵੱਲ ਰਹਿਣ ਲੱਗ ਪਏ ਸੀ ਠੀਕ ਹੈ ਜੀ ਸੋ ਗਾਇਜ਼ ਜੇਕਰ ਤੁਹਾਨੂੰ ਇਹ ਚੀਜ਼ ਸਮਝ ਆਈ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਦਿਆ ਕਰੋ ਐਂਡ ਜੇਕਰ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਕਮੈਂਟ ਕਰਕੇ ਪੁੱਛ ਲਿਆ ਕਰੋ ਮੈਂ ਆਪਣੇ ਵੱਲੋਂ ਪੂਰੀ ਇਹੀ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਭਾਵੇਂ ਜਿਆਦਾ ਮਿਹਨਤ ਕਰਕੇ ਕਰਾਵਾਂ ਭਾਵੇਂ ਜਿਵੇਂ ਮਰਜ਼ੀ ਕਰਾਵਾਂ ਕਿ ਸਟੂਡੈਂਟਸ ਨੂੰ ਉਹ ਚੀਜ਼ ਕਰਾਵਾਂ ਜੋ ਜਿਆਦਾ ਇੰਪੋਰਟੈਂਟ ਆ ਜੋ ਆਣੀ ਹੀ ਆਣੀ ਆ ਕਈ ਵਾਰੀ ਆਪਾਂ ਚੀਜ਼ਾਂ ਇਹ ਸੋਚ ਕੇ ਛੱਡ ਦਿੰਨੇ ਆ ਕਿ ਨਹੀਂ ਇਹ ਤਾਂ ਸਿੰਪਲ ਆ ਕੋਈ ਨਹੀਂ ਇਹ ਤਾਂ ਮੈਨੂੰ ਆਉਂਦਾ ਹੀ ਆ ਉਹ ਇਸ ਚੀਜ਼ ਦੇ ਵਿੱਚ ਹੀ ਉਲਝਾਫਰਾ ਕਿ ਜਿਹੜੇ ਕੁਐਸਚਨ ਪਾ ਦਿੰਦੇ ਹੈਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਠੀਕ ਹੈ ਜੀ ਤੁਸੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਜਿਹੜੀ ਤੁਹਾਨੂੰ ਮਿਲਦੀ ਰਹੇ ਠੀਕ ਹੈ ਜੀ ਅੱਜ ਲਈ ਸਿਰਫ ਇੰਨੇ ਥੈਂਕ ਯੂ